ਕੱਲ ਗੁਰਦਾਸਪੁਰ ਦੇ ਇੱਕ ਸ਼ਿਵ ਸੈਨਾ ਦੇ ਲੀਡਰ ਹਰਵਿੰਦਰ ਸੋਨੀ ਤੇ ਜਾਨਲੇਵਾ ਹਮਲਾ ਹੋਇਆ ਜਿਹੜੇ ਇਨਸਾਨ ਨੇ ਇਹ ਹਮਲਾ ਕੀਤਾ ਉਹਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਵਾ ਉਹਦੀ ਉਹ ਪੁੱਛਗਿੱਛ ਕਰ ਰਹੀ ਆ ਇਹ ਬਹੁਤ ਮੰਦਭਾਗੀ ਗੱਲ ਆ ਕਿਸੇ ਨੂੰ ਜਿਹੜੀ ਲਾਅ ਐਂਡ ਆਰਡਰ ਆ ਜਿਹੜਾ ਕਾਨੂੰਨੀ ਕਾਰਵਾਈ ਆਪਣੇ ਹੱਥ ਚ ਨਹੀਂ ਲੈਣੀ ਚਾਹੀਦੀ ਇਹ ਪੁਲਿਸ ਨੂੰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹੋ ਜੀ ਵਾਰਦਾਤ ਕੋਈ ਨਾ ਹੋਵੇ ਪੰਜਾਬ ਦੇ ਵਿੱਚ ਸਾਰੇ ਧਰਮ ਜਿਹੜੇ ਆ ਧਰਮ ਦੇ ਲੋਕ ਇੱਥੇ ਰਹਿੰਦੇ ਆ ਅਮਨ ਸ਼ਾਂਤੀ ਨਾਲ ਇੱਥੇ ਰਹਿ ਰਹੇ ਆ ਔਰ ਲੋਕਾਂ ਨੂੰ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਵੀ ਹੈ ਇਹ ਬਿਲਕੁਲ ਕਲੀਅਰ ਸੀ ਕੁਝ ਦਿਨ ਪਹਿਲਾਂ ਘੁੰਮਣਪਿੰਡ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਉੱਥੇ ਇੱਕ ਮਰਾਠੀ ਸਹਿਤਿਆ ਸੰਮੇਲਨ ਹੋਇਆ ਇਹ ਬਾਬਾ ਨਾਮਦੇਵ ਦੀ ਯਾਦ ਦੇ ਵਿੱਚ ਸੀ ਸੋ ਇੱਥੋਂ ਪਤਾ ਲੱਗਦਾ ਵਾ ਕਿ ਲੋਕੀ ਸਾਰੇ ਜਿਹੜੇ ਆ ਇੱਕ ਦੂਜੇ ਧਰਮਾਂ ਦੀ ਇੱਜ਼ਤ ਕਰਦੇ ਆ ਪਰ ਕੋਈ ਵੀ ਅਜਿਹਾ ਵਾਕਿਆ ਜਦੋਂ ਕੋਈ ਕਿਸੇ ਦੂਜੇ ਧਰਮ ਦੀ ਇੱਜ਼ਤ ਨਾ ਕਰੇ ਔਰ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੇਰੇ ਖਿਆਲ ਇੱਕਦਮ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਕਾਫੀ ਦੇਰ ਤੋਂ ਕੁਝ ਗਰਮ ਦਲਈਏ ਜਿਹੜੇ ਆ ਸਾਰੇ ਧਰਮਾਂ ਦੇ ਗਰਮ ਦਲਈਏ ਜਿਹੜੇ ਆ ਉਹ ਥੋੜੇ ਜਿਹਾ ਐਕਟਿਵ ਆ। ਮੇਰੇ ਖਿਆਲ ਇਥੇ ਰੂਲ ਆਫ ਲਾ ਜਿਹੜਾ ਵਾ ਉਹਨੂੰ ਇਨਫੋਰਸ ਕਰਨ ਦੀ ਲੋੜ ਆ। ਇਸ ਕੇਸ ਤੇ ਕੇਸ ਦੇ ਵਿੱਚ ਵੀ ਜੇ ਬੰਦੇ ਨੇ ਹਮਲਾ ਕੀਤਾ ਉਹ ਕਹਿ ਰਿਹਾ ਵਾ ਕਿ ਜਿਹੜਾ ਇਹ ਸ਼ਿਵਸਰਨ ਦਾ ਲੀਡਰ ਸੀ ਇਹਨੇ ਸ਼ਾਇਦ ਪਗੜੀ ਦੀ ਬੇਇੱਜ਼ਤੀ ਕੀਤੀ ਸੀ। ਮੇਰੇ ਖਿਆਲ ਜਦੋਂ ਇਹ ਵਾਕਿਆ ਹੋਇਆ ਸੀ ਜੇ ਹੋਇਆ ਸੀ ਤੇ ਉਦੋਂ ਵੀ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ। ਜੇ ਤੁਸੀਂ ਕਾਰਵਾਈ ਨਹੀਂ ਕਰੋਗੇ ਤੇ ਫਿਰ ਇਹਦੇ ਨਾਲ ਰੋਸ ਜਿਹੜਾ ਵਾ ਉਹ ਦੂਜੇ ਧਰਮਾਂ 'ਚ ਦੂਜੇ ਲੋਕਾਂ 'ਚ ਵਧਦਾ ਰਹਿੰਦਾ। ਉਹਨੂੰ ਹੀ ਮੇਰੇ ਖਿਆਲੇ ਚਾਹੀਦਾ ਬਦਲ ਸਾਹਿਬ ਨੂੰ ਕਿ ਉਹ ਭਾਜੀਪੀ ਦੇ ਲੀਡਰ ਔਰ ਬਾਕੀ ਜਿਹੜੇ ਸਿੱਖਾਂ ਦੇ ਵਿੱਚ ਜਿਹੜੇ ਗਰਮ ਦਲੀਏ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਸਮਝਾਉਣ ਕਿ ਤੁਸੀਂ ਆਪਣੀਆਂ ਮੰਗਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਰੱਖ ਸਕਦੇ ਜੇ ਤੁਸੀਂ ਮੁਜ਼ਾਰੇ ਕਰ ਸਕਦੇ ਜੇ ਰੋਸ ਮੁਜ਼ਾਰੇ ਕਰ ਸਕਦੇ ਜੇ ਤੁਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਜੇ ਪਰ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦੇ। ਔਰ ਇਹਦੇ ਤੇ ਰੂਲ ਆਫ ਲਾ ਬਿਲਕੁਲ ਯੂਨੀਫਾਰਮਲੀ ਅਪਲਾਈ ਕਰਨਾ ਚਾਹੀਦਾ ਕਿਸੇ ਦੇ ਲਿਆਜ਼ ਨਹੀਂ ਕਰਨਾ ਚਾਹੀਦਾ ਔਰ ਕਿਸੇ ਦੇ ਖਿਲਾਫ ਕੋਈ ਰੰਜਿਸ਼ ਵਜੋਂ ਕਾਰਵਾਈ ਨਹੀਂ ਕਰਨੀ ਚਾਹੀਦੀ ਇਸੇ ਤਰ੍ਹਾਂ ਹੀ ਰੂਲ ਆਫ ਲਾ ਯੂਨੀਫਾਰਮਲੀ ਇਨਫੋਰਸ ਕਰੋਗੇ ਤੇ ਤੁਹਾਡੀ ਅਮਨ ਸ਼ਾਂਤੀ ਜਿਹੜੀ ਆ ਉਹ ਰਾਜ ਤੇ ਵਿੱਚ ਬਰਕਰਾਰ ਰਹੂਗੀ